ਉਹਦਾ 28 ਅਧਿਆਇ ਉਹਦੇ 11 ਤੋਂ ਲੈ ਕੇ ਉਹ ਯਾ ਹੀ ਰਹੀ ਥੀ ਕਿ ਪਹਿਰੂਓ ਮੇ ਸੇ ਕੁਛ ਉਹ ਨਗਰ ਮੇ ਆਕਰ ਪੂਰਾ ਹਾਲ ਪ੍ਰਧਾਨ ਜਾਜਕੋ ਕੋ ਕਹਿ ਸੁਣਾਇਆ ਤਬ ਉਹਨੇ ਪੁਰਨਿਓ ਕੇ ਸਾਥ ਇਕੱਠੇ ਹੋਕਰ ਸਮਤੀ ਦੀਗਰ ਸਿਪਾਹੀਓ ਕੋ ਬਹੁਤ ਚਾਂਦੀ ਦੇ ਕਰ ਕਹਾ ਯੇ ਕਹਿਣਾ ਕਿ ਰਾਤ ਕੋ ਜਬ ਹਮ ਸੋ ਰਹੇ ਥੇ ਤੋ ਉਸਕੇ ਚੇਲੇ ਆਕਰ ਉਸੇ ਚੁਰਾ ਲੇ ਗਏ ਜਦੀ ਔਰ ਜਦੀ ਇਸ ਬਾਤ ਜਦੀ ਯੇ ਬਾਤ ਹਾਕਮ ਕੇ ਕਾਨ ਮੇ ਪਹੁੰਚੀ ਤੋ ਉਸੇ ਸਮਝਾ ਲੇਂਗੇ ਔਰ ਤੁਮੇ ਜੋਖਮ ਸੇ ਬਚਾ ਲੇਂਗੇ ਅਤ ਉਹਨੇ ਰੁਪਏ ਲੇਕਰ ਜੈਸਾ ਸਿਖਾਏ ਗਏ ਥੇ ਵੈਸਾ ਹੀ ਕੀਆ ਆਜ ਯੇ ਬਾਤ ਆਜ ਤੱਕ ਯਹੂਦੀਓ ਮੇ ਪ੍ਰਚਲਿਤ ਹੈ ਯਾਦ ਰੱਖੋ ਇਹਨਾਂ ਨੂੰ ਪਤਾ ਲੱਗ ਗਿਆ ਕਿ ਯਸ਼ੂ ਮਸੀਹ ਜਿਹੜਾ ਆ ਉਹ ਜੀ ਉੱਠਿਆ ਔਰ ਕਬਰ ਚੋਂ ਨਿਕਲ ਚੁੱਕਿਆ ਆ ਇਹਨਾਂ ਨੂੰ ਪਤਾ ਲੱਗ ਗਿਆ ਪਰ ਆ ਕੀ ਕਰਨ ਦੇ ਕੇ ਜਾ ਕੇ ਪੈਸੇ ਲੈ ਕੇ ਸਗੋਂ ਝੂਠੀ ਗਵਾਹੀ ਦੇਣ ਗਏ ਆ ਉਹਦੇ ਚੇਲੇ ਚੁੱਕ ਕੇ ਲੈ ਗਏ ਤੇ ਯਸ਼ੂ ਨੇ ਜੁੱਠਿਆ ਹੀ ਨਹੀਂ ਤੱਕ ਪਤਾ ਲੱਗ ਗਿਆ ਯਸ਼ੂ ਮਸੀਹ ਨੇ ਕਿਹਾ ਸੀ ਨਾ ਕਿ ਜੇ ਮੈਂ ਜੀ ਵੀ ਉੱਠਿਆ ਦੁਬਾਰੇ ਜੇ ਕੋਈ ਜੀ ਵੀ ਉੱਠੇ ਇਹ ਤਾਂ ਵੀ ਵਿਸ਼ਵਾਸ ਨਹੀਂ ਕਰਨਾ ਇਸ ਕਰਕੇ ਉਹਨੇ ਕਿਹਾ ਕਿ ਜਿਹੜਾ ਸਿਰਫ ਇਸ ਵਚਨ ਨੂੰ ਸੁਣਦਾ ਆ ਉਹ ਪਰਮੇਸ਼ਵਰ ਦੀ ਸੁਣਦਾ ਵਚਨ ਆ ਪਰਮੇਸ਼ਵਰ ਇਹ ਵਚਨ ਪਰਮੇਸ਼ਵਰ ਮੌਤ ਤੋਂ ਬਾਅਦ ਜਦੋਂ ਤੁਹਾਡਾ ਨਿਆਂ ਹੋਣਾ ਹੈਗਾ ਆ ਯਾਦ ਰੱਖੋ ਸਭ ਉਲਟ ਪੁਲਟ ਹੋਣਾ ਤੁਹਾਨੂੰ ਇਹ ਨਹੀਂ ਪਤਾ ਮੈਂ ਸੱਚ ਕਹਿੰਦਾ ਜਿੰਨੇ ਤੁਸੀਂ ਇੱਥੇ ਬੈਠੇ ਆ ਜੇ ਤੁਸੀਂ ਪਰਮੇਸ਼ਵਰ ਨੂੰ ਸੱਚਮੁੱਚ ਜੀਵਨ ਦੇ ਚੁੱਕੇ ਆ ਔਰ ਪ੍ਰਭੂ ਦੇ ਵਚਨ ਚ ਲਿਖਿਆ ਜਿਹੜੇ ਸ਼ੁੱਧ ਮਨ ਆ ਉਹ ਪਰਮੇਸ਼ਵਰ ਨੂੰ ਵੇਖਣਗੇ ਸਾਹਮਣੇ ਸਾਹਮਣੇ ਬਹਿ ਕੇ ਵੇਖਣਗੇ ਫੋਟੋਆਂ ਤੇ ਨਹੀਂ ਮੋਬਾਈਲ ਤੇ ਨਹੀਂ ਟੀਵੀ ਤੇ ਨਹੀਂ ਕਿੱਦਾਂ ਵੇਖਣਗੇ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਵੇਖਣਗੇ ਕਿੰਨੇ ਲੋਕ ਵੇਖਣਾ ਚਾਹੁੰਦੇ ਆ ਕਿ ਸ਼ੁੱਧ ਮਨ ਬਣੋ ਆਪਣੇ ਨਾਲ ਦੇ ਦੱਸੋ ਸ਼ੁੱਧ ਮਨ ਬਣੋ ਏਦਾਂ ਏਦਾਂ ਕਰਕੇ ਏਦਾਂ ਕਰਕੇ ਦੱਸੋ ਸ਼ੁੱਧ ਮਨ ਬਣੋ ਜੇ ਵੇਖਣਾ ਚਾਹੁੰਦੇ ਆ ਤੇ ਹਾਲੇਲੂਇਆ ਕਿਉਂਕਿ ਸ਼ੁੱਧ ਮਨ ਹੀ ਪਰਮੇਸ਼ਵਰ ਨੂੰ ਵੇਖਣ ਉਹ ਜਿਹਨਾਂ ਦੇ ਮਨ ਸ਼ੁੱਧ ਨਹੀਂ ਆ ਉਹ ਸਿੱਧਾ ਨਰਕ ਪਹੁੰਚ ਜਾਣ ਸ਼ੁੱਧ ਮਨ ਪਰਮੇਸ਼ਵਰ ਨੂੰ ਵੇਖਣ ਸਵਰਗ ਜਾਣ ਤੋਂ ਬਾਅਦ ਵਿੱਚ ਆਹ ਸਰੀਰ ਨਹੀਂ ਹੋਣੇ ਤੁਹਾਡੇ ਕੋਲ ਜਿਹੜੇ ਇੱਥੇ ਇਹ ਸਰੀਰ ਦੇ ਧਰਤੀ ਦੇ ਰਹਿ ਜਾਣੇ ਆਹ ਸਰੀਰ ਨਹੀਂ ਨਾਲ ਜਾਣੇ ਇਹਨੂੰ ਹੁਣ ਜਿੰਨਾ ਮਰਜ਼ੀ ਤੁਸੀਂ ਸਾਬਣ ਲਾ ਕੇ ਪਾਊਡਰ ਕਰੀਮਾਂ ਲਾ ਕੇ ਸਾਫ਼ ਕਰ ਲਓ ਇਹ ਨਹੀਂ ਜੇ ਨਾਲ ਜਾਣਾ ਅੰਦਰ ਜਿਹੜਾ ਤੁਹਾਡਾ ਆਤਮਾ ਉਹਨੂੰ ਸਾਫ਼ ਕਰੋ ਹੁਣ ਅੰਦਰ ਤੁਸੀਂ ਆਪਣਾ ਕਿੱਦਾਂ ਸਾਫ਼ ਕਰ ਸਕਦੇ ਆ ਅੰਦਰ ਵਾਸਤੇ ਤਾਂ ਸਾਬਣ ਕੋਈ ਹੈ ਨਹੀਂ ਆ ਇੱਕ ਚੀਜ਼ ਹੈਗੀ ਜਾਂ ਤੇ ਉਹ ਫਰਨੈਲ ਆਉਂਦੀ ਜਾਂ ਡਿਟੋਲ ਆਉਂਦੀ ਹੈਗੀ ਹੈ ਨਾ ਕਰ ਸਕਦੇ ਹੋ ਉਹਦੇ ਨਾਲ ਸਾਫ਼ ਫਿਰ ਉਹ ਤੋਂ ਬਾਅਦ 'ਚ ਇੱਕ ਚੀਜ਼ ਹੋਰ ਹੈਗੀ ਆ ਉਹ ਪਰਮੇਸ਼ਵਰ ਦਾ ਵਚਨ ਹੈ ਜੇ ਤੁਸੀਂ ਡਿਟੋਲ ਔਰ ਫਰਨੈਲ ਨਹੀਂ ਪੀਣਾ ਚਾਹੁੰਦੇ ਤੇ ਫਿਰ ਕੀ ਕਰੋ ਵਚਨ ਖਾਓ ਇਹ ਨਾ ਹੋਏ ਪਾੜ ਪਾੜ ਕਰਕੇ ਜੱਗੇ ਖਾਣੇ ਸ਼ੁਰੂ ਕਰ ਦਿਓ ਇਹਨੂੰ ਪੜੋ ਔਰ ਖਾਣਾ ਸ਼ੁਰੂ ਕਰੋ ਇਹ ਭੋਜਨ ਆਤਮਿਕ ਭੋਜਨ ਆ ਇਹ ਤੁਹਾਡੇ ਅੰਦਰ ਨੂੰ ਬਦਲ ਦੂਗਾ ਤੁਹਾਨੂੰ ਸ਼ੁੱਧ ਮਨ ਬਣਾਊਗਾ ਤੇ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਖੜੇ ਹੋ ਸਕੋ ਯਸ਼ੂ ਮਸੀਹ ਜਦੋਂ ਜੀ ਉੱਠੇ ਔਰ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਨਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਨਾ ਆਪਣੇ ਦੋਸਤਾਂ ਨੂੰ ਕਦੀ ਮੈਸੇਜ ਦਿੰਦੇ ਆ ਜਾ ਕੇ ਕਿ ਤੂੰ ਚਰਚ ਚੱਲ ਮੇਰਾ ਜੀਵਨ ਬਦਲਿਆ ਤੇਰਾ ਬਦਲ ਤੂੰ ਨਰਕ 'ਚ ਬਹਿ ਕੇ ਤੁਸੀਂ ਸੋਚ ਸਕਦੇ ਆ ਕਿ ਉਹ ਮੇਰਾ ਭਰਾ ਉਹ ਭੈਣ ਉਹ ਚਾਚਾ ਤਾਇਆ ਮਾਮਾ ਮਾਸੀ ਕੁਛ ਵੀ ਉਹਨਾਂ ਦੇ ਜੀਵਨ ਗਲਤ ਆ ਪਰ ਉੱਥੇ ਤੁਹਾਡੀ ਸੁਣਵਾਈ ਨਹੀਂ ਹੋ ਸਕਦੀ ਉਤੋਂ ਬਾਅਦ ਵਿੱਚ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਕੁਛ ਵੀ ਜੇ ਹਜੇ ਵੀ ਤੁਸੀਂ ਸਭ ਅੱਖਾਂ ਨੂੰ ਬੰਦ ਰੱਖਾਂਗੇ ਅਸੀਂ ਜੇ ਹਜੇ ਵੀ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਕੰਮ ਕਰੇ ਔਰ ਇਹ ਜੀਵਨ ਜਿਹੜਾ ਬਦਲ ਜਾਏ ਇਹ ਮਦਦ ਕਰਨ ਵਾਸਤੇ ਅੱਗੇ ਆ ਸਭ ਤੋਂ ਪਹਿਲਾਂ ਮਦਦ ਕਰਨ ਵਾਸਤੇ